ਸਿੱਖ ਪੰਥ ਦੇ ਇਤਿਹਾਸਿਕ ਅਤੇ ਵਿਸ਼ਵ ਪ੍ਰਸਿੱਧ ਕੌਮੀ ਜੋੜ ਮੇਲੇ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ 'ਚ ਧਾਰਮਿਕ ਸਮਾਗਮਾਂ ਤੋਂ ਇਲਾਵਾ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਗਈਆਂ। ਕਾਂਗਰਸ ਅਤੇ ਆਮ ਆਦਮੀ ਪਾਰਟੀ ਧਾਰਮਿਕ ਸਥਾਨਾਂ 'ਤੇ ਸਿਆਸੀ ਕਾਨਫਰੰਸਾਂ ਨਾ ਕਰਨ ਦੇ ਫੈਸਲੇ 'ਤੇ ਦ੍ਰਿੜ ਹੈ, ਪਰ ਅਕਾਲੀ ਦਲ ਨੇ ਆਪਣੀ ਕਾਨਫਰੰਸ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਵਾਲੀ ਗਰਾਊਂਡ 'ਚ ਸਿਆਸੀ ਕਾਨਫਰੰਸ ਕੀਤੀ, ਜਿਸ ਵਿੱਚ ਸੁਖਬੀਰ ਸਿੰਘ ਬਾਦਲ, ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਤੋਂ ਇਲਾਵਾ ਅਕਾਲੀ ਭਾਜਪਾ ਗੱਠਜੋੜ ਦੇ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਮੌਜੂਦਾ ਕਾਂਗਰਸ ਸਰਕਾਰ 'ਤੇ ਜੰਮ ਕੇ ਸਿਆਸੀ ਤੀਰ ਛੱਡੇ ਅਤੇ ਪੰਜਾਬ ਸਰਕਾਰ ਨੂੰ ਗੁੰਡਾ ਟੈਕਸ, ਗੈਰ ਕਾਨੂੰਨੀ ਮਾਈਨਿੰਗ ਅਤੇ ਨਸ਼ੇ ਦੇ ਮੁੱਦੇ 'ਤੇ ਘੇਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਾੜ ਗਏ, ਵਿਆਜ ਚੜ ਗਏ, ਨਹੀਂ ਤਾਂ ਉਹਨਾਂ ਨੂੰ 14% ਵਿਆਜ ਲੈਣਾ ਸੀ, 4% ਜਿਹੜਾ ਕਿਸਾਨ ਹੈ 10% ਦਾ ਜਿਹੜਾ ਵਿਆਜ ਉਹ ਖੁਦ ਲਗਾ। ਯਾਨੀ ਕਿਸਾਨਾਂ ਦੀ ਜਿਹੜੀ ਸੌ ਜਿਹੜੀ ਮਦਦ ਕਰਦੀ ਸੀ, ਮਦਦ ਤਾਂ ਕੀ ਕਰਦੀ ਸੀ, ਕਿਸਾਨ ਅੱਜ ਚਾਹੇ ਆਤਮ ਹੱਤਿਆਵਾਂ ਕਰ ਰਿਹਾ, ਚਾਹੇ ਉਹ ਕਿਸੇ ਪਾਸੇ ਉਹਨਾਂ ਦਾ ਦਰਦ ਤੋਂ ਕਿਸੇ ਨੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਉਲਟਾ ਸਮਾਂ ਉਹਨਾਂ ਦੇ ਉੱਤੇ ਵੀ ਜਿਹੜਾ ਦੇਣਾ ਸੀ ਉਹ ਦੇਣਾ ਤਾਂ ਕੀ, ਉਹਨਾਂ ਦਾ ਵੀ ਸਤਿਕਾਰ। 26 ਜਨਵਰੀ ਨੂੰ ਅਸੀਂ ਦੇਸ਼ ਦੇ ਸਾਰੇ ਹਥਿਆਰਾਂ ਦੀ ਪ੍ਰਦਰਸ਼ਨੀ, ਸਾਰੀਆਂ ਪ੍ਰਾਪਤੀਆਂ ਦੀ ਪ੍ਰਦਰਸ਼ਨੀ, ਸਾਰੇ ਫੌਜੀ ਸੈਨਿਕਾਂ ਨੂੰ ਲਿਆ ਕੇ ਦੁਨੀਆਂ ਨੂੰ ਦਿਖਾਉਂਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨਾਨਕਪੁਰ ਦੀ ਧਰਤੀ ਤੇ ਇਸ ਤਰ੍ਹਾਂ ਲਿਆ ਕੇ ਹੋਲੇ ਮਹੱਲੇ ਦੇ ਖਾਲਸੇ ਦਾ ਤੱਕ ਕਰ ਦਿੰਦੇ। ਇਤਿਹਾਸਕਾਰ ਲਿਖਦੇ ਨੇ ਕਹਿੰਦੇ ਕਿਲ੍ਹਾ ਨੰਦਗੜ੍ਹ ਛੱਡਣ ਤੋਂ ਇੱਕ ਦਿਨ ਪਹਿਲਾਂ ਸਵੇਰੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰੇ ਪੁੱਤਰਾਂ ਨੂੰ ਲੈ ਕੇ ਸੀਸਗੰਜ ਗੁਰਦੁਆਰੇ ਸਾਹਿਬ ਮੱਥਾ ਟੇਕਣਾ ਹੈ, ਸਾਰੇ ਪਰਿਵਾਰ ਨੂੰ ਲੈ ਕੇ ਕੇਸਗੜ੍ਹ ਦੀ ਫੇਰੀ ਤੇ ਖੜੇ ਹੋ ਗਏ। ਅੱਧਾ ਘੰਟਾ ਤੱਕਦੇ ਰਹੇ ਤੱਕਦੇ ਰਹੇ ਤਾਂ ਸਿੰਘਾਂ ਨੇ ਪੁੱਛਿਆ, ਗੁਰੂ ਸਾਹਿਬ ਇੰਨੇ ਗੌਰ ਨਾਲ ਕੀ ਤੱਕਦੇ ਹੋ। ਕਾਨਫਰੰਸ ਦੇ ਅੰਤ ਵਿੱਚ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਅਤੇ ਮਨਜੀਤ ਸਿੰਘ ਜੀਕੇ ਨੇ ਹੋਲੇ ਮਹੱਲੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਪਹਿਲਾਂ ਤਾਂ ਅੱਜ ਦੇ ਹੋਲਾ ਮਹੱਲਾ ਦੇ ਉੱਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਅੱਜ ਜਿਹੜਾ ਹੋਲਾ ਮਹੱਲਾ ਸਾਡੇ ਸਿੱਖ ਸਮਾਜ ਦੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਪਰੰਪਰਾ ਸ਼ੁਰੂ ਕੀਤੀ ਸੀ ਉਸ ਨੂੰ ਅੱਗੇ ਵਧਾਉਂਦੇ ਹੋਏ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਅੱਜ ਹੋਲੇ ਮਹੱਲੇ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਕੱਠੀਆਂ ਹੋਈਆਂ, ਇਕੱਤਰਿਤ ਹੋਈਆਂ। ਸਾਡੀਆਂ ਕਾਨਫਰੰਸ ਦਾ ਅਕਾਲੀ ਭਾਜਪਾ ਸੰਘ ਜਿਹੜੇ ਹਰ ਸਾਲ ਇੱਥੇ ਆਪਣੀ ਕਾਨਫਰੰਸ ਕਰਦੀ ਹੈ ਔਰ ਇਸ ਵਾਰ ਵੀ ਕਾਨਫਰੰਸ ਕਰ ਰਹੀ ਹੈ। ਅਲਬੱਤਾ ਜਿਹੜੀ ਕਾਂਗਰਸ ਨੇ ਤੁਸੀਂ ਗੱਲ ਕਹੀ ਹੈ, ਕਾਂਗਰਸ ਦੀ ਹੁਣ ਆਪਣਾ ਹੋਂਦ ਜਿਹੜੀ ਹੈ ਉਹ ਖੁੰਦੀ ਜਾ ਰਹੀ ਹੈ ਔਰ ਉਸ ਹੋਂਦ ਦੀ ਜਿਹੜੀ ਖੁੰਦੀ ਜਾ ਰਹੀ ਹੈ ਉਹਦੇ ਕਰਕੇ ਉਹਦੀ ਇੱਕ ਚਿੰਤਾ ਹੈ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਸਮਾਜ ਦੇ ਵਿੱਚ ਕੀਤਾ ਕੁਛ ਨਹੀਂ ਹੈ। ਜਿਨ੍ਹਾਂ ਵਾਅਦਿਆਂ ਨੂੰ ਕਰਕੇ ਆਏ ਉਹ ਝੂਠ ਜਿਹੜੀ ਸਾਬਤ ਠੀਕ ਨਹੀਂ ਹੋ ਸਕੀ ਔਰ ਝੂਠੇ ਵਾਅਦੇ ਕਰਕੇ ਆਏ ਸੀ ਔਰ ਝੂਠੇ ਵਾਅਦੇ ਕਰਨ ਵਾਲਿਆਂ ਦੀ ਅਨੰਦਪੁਰ ਸਾਹਿਬ ਧਰਤੀ ਦੇ ਉੱਤੇ ਕੋਈ ਜਗ੍ਹਾ ਨਹੀਂ ਹੈ। ਇਹਦੇ ਲਈ ਉਹਨਾਂ ਨੇ ਆਪਣੇ ਅੰਦਰ ਕਿਤੇ ਨਾ ਕਿਤੇ ਉਹਨਾਂ ਨੂੰ ਗਿਲਟੀ ਮਹਿਸੂਸ ਹੋਈ ਹੈ ਔਰ ਇਸ ਕਰਕੇ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਨੇ ਇਸ ਕਰਕੇ ਇੱਥੇ ਕਾਨਫਰੰਸ ਨਹੀਂ ਕੀਤੀ। ਸਮਝਦਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ, ਦਸਮ ਪਿਤਾ ਦੇ ਅਸਥਾਨ ਤੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ। ਇਹ ਹੋਲੀ ਤਿਉਹਾਰ ਜਿਹੜਾ ਸੀਗਾ ਇਹ ਹਿੰਦੁਸਤਾਨ ਦਾ ਸਭ ਤੋਂ ਪੁਰਾਤਨ ਤਿਉਹਾਰ ਹੈ, ਦਿਵਾਲੀ ਤੋਂ ਵੀ ਬਹੁਤ ਪਹਿਲਾ ਵਕਤ ਇਹ ਸ਼ੁਰੂ ਹੋਏ ਸਨ। ਇਹ ਧਾਰਮਿਕ ਤੋਂ ਸਮਾਜਿਕ ਹੁੰਦਾ ਗਿਆ, ਸਮਾਜਿਕ ਤੋਂ ਬਾਅਦ ਇਹਦੇ ਚ ਹਰ ਕਿਸਮ ਦੀ ਬੁਰਾਈਆਂ ਆਉਂਦੀਆਂ ਚਲੇ ਗਈਆਂ, ਲੇਕਿਨ ਦਸਮ ਪਿਤਾ ਨੇ ਆ ਕੇ ਇਸ ਨੂੰ ਮੈਂ ਸਮਝਦਾ ਚੜ੍ਹਦੀ ਕਲਾ ਦਾ ਤਿਉਹਾਰ ਬਣਾਇਆ। ਹੋਲੇ ਮਹੱਲੇ ਵਾਲੇ ਦਿਨ ਟੀਮਾਂ ਬਣਾ ਕੇ ਆਪਸ ਦੇ ਵਿੱਚ ਗੱਤਕੇ ਖੜਾਏ, ਜੰਗ ਦੇ ਕਰਤੱਵ ਸਿਖਾਏ, ਘੋੜਸਵਾਰੀ ਸਿਖਾਈ। ਉਹੀ ਕਾਰਨ ਹੈ ਕਿ ਅੱਜ ਹਿੰਦੁਸਤਾਨ ਆਜ਼ਾਦ ਹੈ, ਉਹੀ ਕਾਰਨ ਹੈ ਕਿ ਪਿਛਲੇ ਜੇ 400 ਸਾਲ ਦੀ ਸ਼ਹਾਦਤਾਂ ਦੇਖੀਆਂ ਜਾਣ ਤੇ ਮੈਂ ਸਮਝਦਾ ਦਸਮ ਪਿਤਾ ਦੇ ਹੋਲੇ ਮਹੱਲੇ ਚੋਂ ਇਹ ਸਪਿਰਿਟ ਲੈ ਕੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਲੈ ਕੇ ਸਿੱਖਾਂ ਨੇ।
ਜ਼ਿਕਰਯੋਗ ਹੈ ਕਿ ਧਾਰਮਿਕ ਸਥਾਨਾਂ ਤੇ ਕੋਈ ਵੀ ਸਿਆਸੀ ਸਮਾਗਮ ਨਾ ਕਰਨ ਦੇ ਫੈਸਲੇ ਤੇ ਪੂਰਾ ਉਤਰਦੇ ਹੋਏ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੇ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਤੇ ਕੋਈ ਵੀ ਕਾਨਫਰੰਸ ਨਹੀਂ ਕੀਤੀ ਹੈ। ਸਿਰਫ ਅਕਾਲੀ ਭਾਜਪਾ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਸਿਆਸੀ ਕਾਨਫਰੰਸਾਂ ਕੀਤੀਆਂ ਨੇ। ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਸ਼ਰਮਾ ਦੀ ਰਿਪੋਰਟ।